बिस्मिल्लाह रहमान रहीम। अस्सलाम वालेकुम, मैं ताडा वीर शाह जट। ते मैं चलो अज ना अपने दोस्तों नू भरावां नू ना अज कोई पंजाबी दा किस्सा सुनाने ना। जिहड़े आ जिहड़े किस्से हुंदे ने ना जिहड़े साडे बजुर्ग सुना गए ने, ते इहदे चों इक जिहड़ा बड़ा सबक हुंदा ना, जिहड़े अज कल दे नौजवान ने उहनां बजुर्गां दे बड़े तजर्बे हुंदे ने, ते उह अपने तजर्बे दे नाल उह वाकिया जिहड़े ने ना या नसीहतां जिहड़ियां नौजवानां नूं करके जांदे ने, ते नौजवानां नूं वी उहदे ते अमल करना चाहीदा ना। ते मैं चलो एक बजुर्ग दा वाकिया ते मैं उह तुहाडे नाल शेयर करना ना। कोई बाबा सी ना, ते उह पिंड दे लागे ना उहदी न्याई हुंदी है ना, न्याई तुहानूं पता ही है, पिंडां वालिआं नूं ते पता ही है। चलो शहरां वालिआं नूं वज़ाहत कर देना, जिहड़ी पिंड दे नज़दीक कोई खत्ता कोई कनाल दा दो कनाल दा विघे दा जिहड़ा पिंड दे लागे हुंदी है ना, उहनूं न्याई आंदे ने। ते उह बाबा उह न्याई दे विच ना अपना कोई सब्जी सुब्जी ते कोई अपना काम करदा हुंदा ना, मसलन रोज़मर्रा दा काम करदा हुंदा, ते उत्थों पूरे पिंड दे जिहड़ी है ना आमदोरफ्त हुंदी है उहदी, मसलन उह जिहड़ी न्याई हुंदी है ना उहदे विच हुंदी डंडी हुंदी है। डंडी तुहानूं पता ही है, डंडी उहनूं आंदे ने जिहड़ी शॉर्टकट रस्ता नहीं हुंदा, उह न्याई दे विच हुंदी उहदा हुंदा, ते सारे पिंड दा ਆਉਣ ਜਾਣ ਹੁੰਦਾ। ਤੇ ਉਹ ਨਾ ਇੱਕ ਪਿੰਡੂ ਜਿਹੜਾ ਜਵਾਨ ਹੈ ਨਾ ਕੋਈ ਗੁਜ਼ਰਦਾ, ਉਹਨੇ ਕੱਪੜੇ ਚੰਗੇ ਪਾਏ ਹੋਣ, ਜੁੱਤੀ ਚੰਗੀ ਪਾਈ ਹੋਏ, ਪੱਗ ਚੰਗੀ ਬੰਨੀ ਹੋਏ, ਤੇ ਉਹ ਲੰਘੇ ਤੇ ਇੱਕ ਬਾਹ ਉਹਨੂੰ ਮਾਰੇ, ਇੱਕ ਉਹਨੂੰ ਮਾਰੇ, ਇੱਕ ਉਹਨੂੰ ਮਾਰੇ, ਆਕੜ ਆਕੜ ਕੇ ਤੁਰੇ। ਬਜ਼ੁਰਗ ਨੇ ਬਾਬੇ ਨੇ ਡੱਕ ਲਿਆ, ਉਹਨੇ ਆਖਿਆ ਜਵਾਨਾ ਮੇਰੀ ਗੱਲ ਸੁਣ ਕੇ ਜਾਈ। ਚਲੋ ਬਾਬੇ ਨੇ ਉਹਨੂੰ ਜਵਾਨ ਨੂੰ ਆਖਿਆ ਕਿ ਅੱਲਾ ਦੀ ਜ਼ਮੀਨ ਹੈ, ਤੇ ਅੱਲਾ ਦੀ ਜ਼ਮੀਨ ਦੇ ਉੱਤੇ ਜਿਹੜਾ ਨਾ ਬੰਦੇ ਨੂੰ ਆਜਜ਼ੀ ਨਾ ਸਾਦਗੀ ਨਾ ਰਹਿਣਾ ਚਾਹੀਦਾ, ਤੇ ਇੰਨਾ ਮਾਣ ਨਹੀਂ ਆਪਣੀ ਜਵਾਨੀ 'ਤੇ ਕਰਨਾ ਚਾਹੀਦਾ। ਅਤੇ ਤੂੰ ਉਹ ਕੋਈ ਜਵਾਨ ਉਹਨੂੰ ਆਉਂਦਾ ਬਾਬੇ ਨੂੰ, ਬਾਬਾ ਜੀ ਇਹ ਜਵਾਨੀ ਹੈ, ਇਹ ਜਵਾਨੀ ਦੇ ਟਾਈਮ ਨੇ। ਅਤੇ ਉਹਨੇ ਬਾਬੇ ਦੀ ਗੱਲ 'ਤੇ ਕੋਈ ਨਸੀਹਤ 'ਤੇ ਅਮਲ ਨਾ ਕੀਤਾ, ਤੇ ਉਸਨੇ ਬਾਹਾਂ ਮਾਰਦਾ ਜਾਂਦਾ ਤੁਰਿਆ। ਉਹ ਜਵਾਨ ਜਿਹੜਾ ਇੰਝ ਹੀ ਬਾਹਾਂ ਮਾਰਦਾ ਜਿਹੜਾ ਨਾ ਤੁਰ ਜਾਂਦਾ। ਚਲੋ 5-7 ਸਾਲ ਲੰਘਦੇ ਨੇ ਨਾ, ਅਤੇ ਤੁਹਾਨੂੰ ਪਤਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਬਾਬੇ ਦੀ ਨਿਆਈ ਪਿੰਡ ਦੇ ਲਾਗੇ ਹੁੰਦੀ ਹੈ, ਤਾਂ ਪੂਰੇ ਪਿੰਡ ਦਾ ਆਉਣ ਜਾਣ ਅੰਦੋ ਰਫਤ ਉੱਥੋਂ ਦੀ ਹੁੰਦਾ। ਅਤੇ ਉਹ ਨਾ ਬਾਬੇ ਨੂੰ ਕਾਲੀ ਯਾਦ ਸੀ, ਉਹ ਜਿਹੜੀ ਉਹਨੇ ਮੁੰਡੇ ਨੂੰ ਕਹੀ ਸੀ ਨਸੀਹਤ ਕਿ ਅੱਲਾ ਦੀ ਜ਼ਮੀਨ 'ਤੇ ਬੰਦੇ ਨੂੰ ਏਡਾ ਆਕੜਾ ਕਰਕੇ ਨਹੀਂ ਤੁਰਨਾ ਚਾਹੀਦਾ, ਅਤੇ ਸਾਦਗੀ ਨਾਲ ਰਹਿਣਾ ਚਾਹੀਦਾ। ਕੋਈ 10 ਸਾਲ ਲੰਘ ਗਏ ਸੀ, ਤੇ ਉਹ ਮੁੰਡੇ ਦੀ ਸ਼ਾਦੀ ਹੋ ਜਾਂਦੀ ਹੈ ਨਾ, ਤੇ ਉਹ ਮੁੰਡਾ ਜਿਹੜਾ ਨਾ ਲੰਘਣ ਡਿਆ ਹੁੰਦਾ ਨਾ ਉੱਥੋਂ ਦੀ ਬਾਬੇ ਦੇ ਕੋਲੋਂ ਦੀ, ਤੇ ਬਾਬੇ ਨੂੰ ਗੱਲ ਯਾਦ ਹੁੰਦੀ ਹੈ ਨਾ, ਤੇ ਉਹ ਮੁੰਡੇ ਨੇ ਇੱਕ ਜਿਹੜਾ ਨਾ ਮੋਢੇ 'ਤੇ ਜਾਣਾ, ਇਹ ਉਸ ਮੋਢੇ ਇੱਕ ਇਸ ਮੋਢੇ 'ਤੇ ਵੀ ਜਾਣਾ ਚੁੱਕਿਆ ਹੁੰਦਾ, ਇੱਕ ਇਸ ਮੋਢੇ 'ਤੇ ਚੁੱਕਿਆ ਹੁੰਦਾ, ਪਿੱਛੇ ਜਿਹੜਾ ਇਹਨਾਂ ਨੇ ਬੈਗ ਪਾਇਆ ਹੁੰਦਾ, ਭੈੜੇ ਕੱਪੜੇ ਅਤੇ ਬਾਂਕੇ ਦਿਹਾੜੇ, ਅਤੇ ਬੜਾ ਤੇਜ਼ੀ ਨਾਲ ਜਿਹੜਾ ਨਾ ਗੁਜ਼ਰਨ ਡਿਆ ਹੁੰਦਾ ਨਾ ਉੱਥੋਂ ਦੀ ਲੰਘਣ ਡਿਆ ਹੁੰਦਾ। ਬਾਬੇ ਨੂੰ ਗੱਲ ਯਾਦ ਹੁੰਦੀ ਹੈ, ਬਾਬਾ ਭੱਜ ਕੇ ਨਾ ਉਹਨੂੰ ਆਉਂਦਾ, ਜਵਾਨਾ ਗੱਲ ਸੁਣੀ ਮੇਰੀ, ਡੱਕ ਲੈਂਦਾ ਬਾਬਾ ਨਾ ਉਹਨੂੰ ਮੁੰਡੇ ਨੂੰ, ਉਹ ਆਉਂਦਾ ਜਾ ਕੇ ਮੁੰਡੇ ਨੂੰ, ਸੁਣ ਜਵਾਨਾ ਅੱਜ ਤੂੰ ਕੁਛ ਚਾਰ ਕੋਈ 8-10 ਸਾਲ ਪਹਿਲਾਂ ਮੈਂ ਤੈਨੂੰ ਇੱਥੇ ਹੀ ਡੱਕਿਆ ਸੀ, ਅਤੇ ਮੈਂ ਤੈਨੂੰ ਨਸੀਹਤ ਕੀਤੀ ਸੀ ਕਿ ਅੱਲਾ ਦੀ ਜ਼ਮੀਨ ਦੇ ਉੱਤੇ ਨਾ ਬੰਦੇ ਨੂੰ ਏਡਾ ਗਰੂਰ ਨਹੀਂ ਕਰਨਾ ਚਾਹੀਦਾ, ਆਜ਼ੀ ਨਾ ਸਾਦਗੀ ਨਾ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ, ਅਤੇ ਤੂੰ ਮੈਨੂੰ ਉਦੋਂ ਆਖਿਆ ਕਿ ਆਪਣਾ ਇਹ ਜਵਾਨੀ ਦੇ ਟਾਈਮ ਨੇ, ਅਤੇ ਉਹ ਮੈਨੂੰ ਹੁਣ ਤੇਰੇ ਜਵਾਨੀ ਦੇ ਟਾਈਮ ਟੂਨ ਨਹੀਂ ਨਜ਼ਰ ਆਉਣ ਡੇ। ਅਤੇ ਉਹ ਜਵਾਨ ਕਿੱਥੇ ਗਏ ਉਹ ਤੇਰੇ ਜਵਾਨੀ ਦੇ ਟਾਈਮ, ਉਹ ਮੁੰਡਾ ਕੂ ਕੇ ਆਉਂਦਾ ਬਾਬਾ ਜੀ ਗੱਲ ਤੁਹਾਡੇ ਵਾਲੇ ਵਾਕਈ ਠੀਕ ਹੈ, ਅਤੇ ਇਨਸਾਨ ਨੂੰ ਸਾਦਗੀ ਨਾਲ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ, ਲੇਕਿਨ ਹੁਣ ਮੇਰੀ ਸ਼ਾਦੀ ਹੋ ਗਈ ਹੈ, ਅਤੇ ਉਹ ਜਿਹੜੇ ਜਵਾਨੀ ਦੇ ਟਾਈਮ ਸਨ ਨਾ ਉਹ ਜਿਹੜੀ ਪਿੱਛੇ ਜਿਹੜੀ ਮੇਰੀ ਬੀਵੀ ਆਉਣ ਡਈ ਲਾਲ ਨੇਰੀ, ਉਹਨੇ ਸਾਰੇ ਮੇਰੇ ਜਵਾਨੀ ਦੇ ਟਹਿਣ ਟੋਣ ਭੰਨ ਤੋੜ ਛੜੇ, ਅਤੇ ਮੈਂ ਉਹਨਾਂ ਜਵਾਨਾਂ ਵਾਸਤੇ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਨਸੀਹਤ ਕਰਨਾ ਕਿ ਪਹਿਲਾਂ ਸ਼ਾਦੀ ਤੋਂ ਪਹਿਲਾਂ ਤੁਸੀਂ ਬੜੇ ਪੂੰ ਪੂੰ ਕਰਦੇ ਹੋ, ਅਤੇ ਜਦੋਂ ਫਿਰ ਤੁਹਾਡੀ ਸ਼ਾਦੀ ਹੋ ਜਾਂਦੀ ਹੈ ਫਿਰ ਉਹ ਤੁਹਾਨੂੰ ਪਤਾ ਨਹੀਂ ਹੁੰਦਾ, ਮਾਂ ਪਿਓ ਤੁਹਾਨੂੰ ਵੱਖਰਿਆਂ ਕਰ ਛੱਡਦਾ, ਅਤੇ ਉਹ ਫਿਰ ਤੁਹਾਡੇ ਸਾਰੇ ਜਵਾਨੀ ਦੇ ਟਹਿਣ ਟੂਣ ਭੱਜ ਪੁੱਜ ਜਾਂਦੇ ਨੇ। ਇਹ ਹੀ ਹੈ ਕਿ ਜਿਹੜੇ ਅੱਜ ਕੱਲ੍ਹ ਦੇ ਜਵਾਨ ਹੋ ਤੁਸੀਂ, ਅਤੇ ਉਹ ਮਾਂ ਪਿਓ ਦੀ ਜਿਹੜੀ ਹੈ ਤੁਸੀਂ ਖਿਦਮਤ ਕਰਿਆ ਕਰੋ, ਅਤੇ ਜ਼ਿੰਦਗੀ ਜਿਹੜੀ ਹੈ ਆਜ਼ੀ ਨਾਲ ਸਾਦਗੀ ਨਾਲ ਗੁਜ਼ਾਰਿਆ ਕਰੋ,
ਤੇ ਬਜ਼ੁਰਗਾਂ ਦੀ ਤੇ ਵੱਡਿਆਂ ਦੀ ਜਿਹੜੀ ਕੋਈ ਨਸੀਹਤ ਕਰਦੇ ਨੇ ਉਹਦੇ ਤੇ ਅਮਲ ਕਰਨਾ ਚਾਹੀਦਾ ਹੈ। ਸਦਾ ਵਕਤ ਜਿਹੜਾ ਇੱਕੋ ਜਿਹਾ ਨਹੀਂ ਰਹਿੰਦਾ, ਤੇ ਜਿਹੜੇ ਲੋਕ ਪਹਿਲਾਂ ਨਵੇਂ ਨਵੇਂ ਜਵਾਨੀ ਚੜ੍ਹਦੇ ਨੇ ਨਾ, ਤੇ ਉਹਨਾਂ ਤੇ ਆਉਂਦੀ 4 ਦਿਨ ਉਹ ਮੁੰਡੇ ਵਾਲੀ ਗੱਲ, ਜਵਾਨੀ ਦੇ ਟਹਿਣ ਆਉਂਦੇ ਨੇ, ਲੇਕਿਨ ਉਹ ਫਿਰ ਭੱਜ ਟੁੱਟ ਜਾਂਦੇ ਨੇ ਜਿਸ ਤਰ੍ਹਾਂ ਉਹਦੇ ਜਵਾਨੀ ਦੇ ਟਹਿਣ ਜਿਹੜੇ ਹਨ ਲਾਲ ਨੇਰੀ ਨੇ ਭੰਨ ਛੜੇ ਹਨ। ਤੇ ਜੇ ਮੇਰਾ ਇਹ ਕੋਈ ਕਿੱਸਾ ਤੁਹਾਨੂੰ ਪਸੰਦ ਆਏ ਤੇ ਇਹਨੂੰ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਸਬਸਕ੍ਰਾਈਬ ਵੀ ਕਰਿਓ। ਅੱਗੋਂ ਵੀ ਤੁਹਾਡਾ ਵੀਰ ਸ਼ਾਹ ਜੱਟ ਇੰਜ ਦੇ ਨਵੇਂ ਨਵੇਂ ਕਿੱਸੇ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵੇਗਾ। ਤੇ ਆਪਣਾ ਵੀ ਖਿਆਲ ਰੱਖਿਓ ਤੇ ਸਾਨੂੰ ਵੀ ਦੁਆਵਾਂ ਯਾਦ ਰੱਖਿਓ। ਓਕੇ, ਅੱਲਾ ਹਾਫਿਜ਼।